केंद्र सरकार द्वारा पारित किए गए 3 खेती कानूनों के बाद पूरे देश में भाजपा के खिलाफ किसानों का गुस्सा बढ़ता ही जा रहा है, जिसके चलते पंजाब में भी किस भाजपा लीडरों को किसानों के आक्रोश का सामना करना पड़ा। जानकारी के अनुसार पटियाला जिले के नवनियुक्त बने प्रभारी सुभाष वर्मा वीरवार को जिला कार्यकारिणी की मीटिंग करने के लिए पहुंचे। मीटिंग पटियाला स्थित बस स्टैंड के पास बुंदेला मंदिर में रखी गई थी, लेकिन भनक लगते ही बड़ी संख्या में किसानों और महिलाओं ने एकत्रित होकर समूची भाजपा का जमकर विरोध किया। बुंदेला मंदिर में चल रही मीटिंग हॉल में ही भाजपाइयों को करीब 1.5 घंटे तक बंदी बनाकर रखा और जमकर नारेबाजी की। इस दौरान वहां मौजूद भीड़ ने उनकी गाड़ी पर डंडों से हमला करने का प्रयास भी किया। भारी मात्रा में किसान भाजपा की गाड़ियों तक पहुंच गए, जिन्हें रोकने में पुलिस को काफी मुशक्कत करनी पड़ी। हालात तब बेकाबू हो गए जब पुलिस ने इन भाजपा लीडरों को अपनी पुलिस गाड़ी में बिठाकर मौके से निकाला। किसानों ने उनको बाहर निकलता देख एसएचओ की गाड़ी पर भी लाठियां बरसानी शुरू कर दी। किसान और भाजपाइयों के आमने सामने होने से पुलिस के हाथ पांव फूल गए और डीएसपी सिटी योगेश शर्मा समेत कई पुलिस अधिकारी खुद लाठियां लेकर दोनों को पीछे धकेलते रहे। एसपी वरुण शर्मा ने समझाने की बहुत कोशिश की, परंतु किसान नहीं माने और बस स्टैंड चौक में धरना लगा दिया। अगुवाई कर रहे एडवोकेट प्रभजी पाल सिंह ने कहा, केंद्र सरकार देश को बर्बाद करने में लगी हुई है। ਜਿਹੜੀਆਂ ਕੋਝੀਆਂ ਸਾਜ਼ਿਸ਼ਾਂ ਦੇ ਨਾਲ ਇਹ ਬਿੱਲ ਬਣਾ ਕੇ ਦੇਸ਼ ਦੀ ਹੋਂਦ ਨੂੰ ਖਤਰਾ ਕੀਤਾ ਜਾ ਰਿਹਾ, ਅੱਜ ਬੀਜੇਪੀ ਉਹੀ ਕੋਝੀਆਂ ਸਾਜ਼ਿਸ਼ਾਂ ਦੇ ਨਾਲ ਸ਼ਹਿਰ ਦੇ ਵਿੱਚ ਇਹ ਚੋਣ ਪ੍ਰਚਾਰ ਕਰਨ ਜਾ ਰਹੇ ਨੇ ਔਰ ਇਹੋ ਜਿਹੀਆਂ ਦੱਸਣ ਜਾ ਰਹੇ ਲੋਕਾਂ ਨੂੰ ਬਿੱਲ ਬਿਲਕੁਲ ਸਹੀ ਨੇ। ਅਗਰ ਬਿੱਲ ਬਿਲਕੁਲ ਸਹੀ ਨੇ ਤਾਂ ਸਾਡੇ ਨਾਲ ਬਾਹਰ ਆ ਕੇ ਗੱਲ ਕਰਨ, ਅਸੀਂ ਇਹਨਾਂ ਨਾਲ ਡਿਬੇਟ ਕਰਨ ਨੂੰ ਤਿਆਰ ਹਾਂ। ਪ੍ਰੈਸ ਖੜੀਏ ਲਾਈਵ ਤੁਹਾਡੀ ਹਾਜ਼ਰੀ ਦੇ ਵਿੱਚ ਇਹ ਬਿੱਲ ਸਾਡੇ ਨਾਲ ਗੱਲ ਕਰਨ ਔਰ ਇਹ ਬਿਲਕੁਲ ਇਹ ਦੇਸ਼ ਵਿਰੋਧੀ ਗਤੀਵਿਧੀਆਂ ਕਰ ਰਹੇ ਨੇ, ਦੇਸ਼ ਦੀ ਹੋਂਦ ਨੂੰ ਵੇਚਣ ਜਾ ਰਹੇ ਨੇ। ਅਸੀਂ ਬਿਲਕੁਲ ਇਹ ਕੰਮ ਹੋਣ ਨਹੀਂ ਦਿਆਂਗੇ। ਬੀਜੇਪੀ ਵਾਲੇ ਬਾਰੇ ਝੜਕੋਈ ਥੋੜ੍ਹੇ ਜਿਹੇ ਕੀ ਗੱਲ ਹੋਵੇ, ਕੋਈ ਝਪਟੇ ਕਰ ਹੀ ਨਹੀਂ ਸਕਦੇ ਇਹ ਕਾਣੇ ਨੇ ਅੰਦਰੋਂ। ਮੈਂ ਕਹਿੰਦਾ ਪੁਲਿਸ ਦੀ ਹਾਜ਼ਰੀ, ਅਸੀਂ ਦੋ ਜਣੇ ਕੁਰਸੀ 'ਤੇ ਬੈਠ ਕੇ ਡਿਬੇਟ ਕਰਨ ਨੂੰ ਤਿਆਰ ਹਾਂ, ਕੋਈ ਝਗੜੇ ਵਾਲੀ ਗੱਲ ਨਹੀਂ ਹੈਗੀ। ਇਹ ਬਿਲਕੁਲ ਦੇਸ਼ ਦੀ ਹੋਂਦ ਨੂੰ ਵੇਚਣ ਜਾ ਰਹੇ ਨੇ। ਜਿਵੇਂ ਜੰਮੂ ਕਨੇਡਾ ਹਾਈਵੇ ਨਿਕਲ ਰਿਹਾ, ਇਹ ਸਾਰੇ ਬਾਹਰਲੀਆਂ ਕੰਟਰੀਆਂ WTO ਦੇ ਨਾਲ ਲੱਗ ਕੇ ਇਸ ਦੇਸ਼ ਨੂੰ ਖਤਮ ਕਰਨ ਜਾ ਰਹੇ ਨੇ। ਅੱਜ ਮਹਿੰਗਾਈ ਇੰਨੀ ਹੋ ਚੁੱਕੀ ਹੈ, ਦੇਸ਼ ਦਾ ਭਾਵੇਂ ਉਹ ਮੁਲਾਜ਼ਮ ਹੈ, ਭਾਵੇਂ ਛੋਟਾ ਵਪਾਰੀ ਹੈ, ਭਾਵੇਂ ਡਰਾਈਵਰ ਹੈ, ਭਾਵੇਂ ਖੇਤੀ ਵਾਲਾ, ਹਰੇਕ ਬੰਦਾ ਅੱਜ ਇਹਨਾਂ ਤੋਂ ਦੁਖੀ ਹੋ ਚੁੱਕਾ। ਦੇਸ਼ ਦੀ ਹੋਂਦ ਵਿੱਚ ਖਤਰੇ 'ਚ ਹੈ ਔਰ ਸੋ ਇਹਨਾਂ ਨੂੰ ਅਸੀਂ ਬਿਲਕੁਲ ਕੋਈ ਇਹੋ ਜਿਹਾ ਪ੍ਰਚਾਰ ਨਹੀਂ ਕਰਨ ਦੇਵਾਂਗੇ। ਜਿੱਥੇ ਵੀ ਜਾਣਗੇ ਉਹਨਾਂ ਦਾ ਵਿਰੋਧ ਕਰਾਂਗੇ। ਕੌਣ ਆਇਆ ਵੀ ਬੀਜੇਪੀ ਦਾ ਕਿਹੜਾ ਮੰਤਰੀ ਆਇਆ? ਬੀਜੇਪੀ ਦੇ ਲੀਡਰ ਅੰਦਰ ਬੈਠੇ ਨੇ, ਬਾਹਰ ਨਹੀਂ ਨਿਕਲ ਰਹੇ। ਉਹ ਜਦੋਂ ਸਾਨੂੰ ਪਤਾ ਲੱਗਿਆ ਵੀ ਮੀਟਿੰਗ ਕਰਕੇ ਸ਼ਹਿਰ 'ਚ ਮਾਰਚ ਕਰਨ ਜਾ ਰਹੇ ਨੇ ਬੀਜੇਪੀ ਦੇ ਹੱਕ ਦੇ ਵਿੱਚ, ਔਰ ਅਸੀਂ ਬਿਲਕੁਲ ਉਹਨਾਂ ਨੂੰ ਕਰਨ ਦੇਵਾਂਗੇ ਜਿਵੇਂ ਸਾਨੂੰ ਪਤਾ ਚੱਲਿਆ ਨੂੰ ਅਸੀਂ ਘੇਰ। ਅਸੀਂ ਝੰਡੇ ਹੁਣੇ ਛੱਡ ਗਏ ਜਦੋਂ ਜਿਵੇਂ ਅੰਦਰ ਬੈਠ ਕੇ ਗੱਲਾਂ ਕਰਦਾ ਭੌਂਕਦਾ ਕਿਸਾਨਾਂ ਬਾਰੇ ਬੋਲਦਾ ਵਾ ਤਾਂ ਵਾ ਉਸ ਦਾ ਪਤਾ ਲੱਗਿਆ ਸੀ। ਪਹਿਲਾਂ ਵੀ ਅਸੀਂ ਇਸ ਮੰਦਰ ਦੇ ਵਿੱਚ ਆਏ ਹਾਂ, ਪਰ ਉਦੋਂ ਉਹਨੂੰ ਪਤਾ ਲੱਗ ਗਿਆ, ਉਹ ਨਿਕਲ ਗਿਆ ਸੀਗਾ ਇੱਥੋਂ, ਪਰ ਅੱਜ ਉਹ ਅੰਦਰ ਬੜਿਆ ਹੋਇਆ ਸਾਨੂੰ ਪਤਾ ਲੱਗ ਗਿਆ। ਔਰ ਜਿੰਨੇ ਵੀ ਜਿੱਥੇ ਬੰਦੇ ਨੇ ਸਾਰੇ ਆਗੂ ਸਾਹਿਬਾਨ ਨੇ ਉਹ ਸਾਰੇ ਅੱਜ ਇੱਥੇ ਪਹੁੰਚੇ ਨੇ, ਪਰ ਇੱਥੇ ਪ੍ਰਸ਼ਾਸਨ ਇਸ ਚੀਜ਼ ਨੂੰ ਜਿਹੜਾ ਮੁੱਦਾ ਉਸ ਨੂੰ ਭਟਕਾਉਣ ਦੀ ਕੋਸ਼ਿਸ਼ ਕਰ ਰਿਹਾ, ਕਿਉਂਕਿ ਇਹ ਮੰਦਰ ਦੇ ਵਿੱਚ ਇਹਨਾਂ ਨੇ ਅੱਜ ਜਿਹੜੀ ਆ ਮੀਟਿੰਗ ਕੀਤੀ ਆ, ਇਹ ਇੱਕ ਧਾਰਮਿਕ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਪਰ ਸਾਡਾ ਕਿਸੇ ਵੀ ਹਿੰਦੂ ਧਰਮ ਨਾਲ ਜਾਂ ਹੋਰ ਧਰਮ ਦੇ ਨਾਲ ਸਾਡਾ ਕੋਈ ਵੈਰ ਨਹੀਂ ਹੈਗਾ। ਇਹ ਜਿੱਥੇ ਵੀ ਮੀਟਿੰਗ ਕਰਨਗੇ, ਚਾਹੇ ਗੁਰੂ ਘਰ 'ਚ ਕਰਨ, ਜਿੱਥੇ ਵੀ ਕਰਨ, ਅਸੀਂ ਬੀਜੇਪੀ ਦਾ ਕਰਾਉਂਦੇ ਕਰਦੇ ਰਹਾਂਗੇ।